ਖਬਰ ਫਰੀਦਕੋਟ ਤੋਂ, ਜਿੱਥੇ ਕਥਿਤ ਚੁਣਾਵੀ ਰੰਜਿਸ਼ ਦੇ ਚੱਲਦਿਆਂ ਫਰੀਦਕੋਟ ਦੇ ਪਿੰਡ ਪੱਕਾ ਨੰਬਰ 1 ਦੀ ਸਾਬਕਾ ਅਕਾਲੀ ਸਰਪੰਚ ਦੇ ਘਰ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਹਮਲਾ ਕੀਤਾ ਗਿਆ। ਪੰਜਾਬ 'ਚ ਬਦਮਾਸ਼ਾਂ ਦੇ ਹੌਸਲੇ ਇੰਨੇ ਵੱਧ ਚੁੱਕੇ ਨੇ ਕਿ ਆਏ ਦਿਨ ਕਿਸੇ ਨਾ ਕਿਸੇ ਦੇ ਘਰ 'ਚ ਵੜ ਕੇ ਕੁੱਟਮਾਰ ਕਰਨ ਦੇ ਮਾਮਲੇ ਸਾਹਮਣੇ ਆ ਰਹੇ ਨੇ। ਤਾਜ਼ਾ ਮਾਮਲਾ ਫਰੀਦਕੋਟ ਦੇ ਪਿੰਡ ਪੱਕਾ ਨੰਬਰ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਸਾਬਕਾ ਅਕਾਲੀ ਸਰਪੰਚ ਦੇ ਘਰ ਵੜ ਕੇ ਕੁਝ ਅਣਜਾਣ ਵਿਅਕਤੀਆਂ ਵੱਲੋਂ ਕੁੱਟਮਾਰ ਕੀਤੀ ਗਈ। ਹਾਲਾਂਕਿ ਇਸ ਹਮਲੇ ਵਿੱਚ ਜਾਨੀ ਨੁਕਸਾਨ ਤੋਂ ਬਚਾ ਰਿਹਾ। ਪੀੜਿਤ ਪਰਿਵਾਰ ਦਾ ਕਹਿਣਾ ਹੈ ਕਿ ਪਹਿਲਾਂ ਵੀ ਉਹਨਾਂ 'ਤੇ ਕਈ ਵਾਰ ਹਮਲੇ ਹੋ ਚੁੱਕੇ ਨੇ। ਕੱਲ੍ਹ ਜੀ ਰਾਤ 1:30 ਦਾ ਟਾਈਮ ਸੀਗਾ, ਸਾਡਾ ਗੇਟ ਖੜਕਿਆ, ਮੈਂ ਉੱਠ ਕੇ ਆਇਆ। ਉੱਠ ਕੇ ਆ ਕੇ ਅਤੇ ਮੈਂ ਇਹ ਹਿਸਾਬ ਲਾਇਆ ਵੀ ਸਾਡੇ ਇੱਥੇ ਪਾਣੀ ਦੀ ਵਾਰੀ ਸੀ, ਕਿਤੇ ਉਹ ਹੈਗੇ ਹੈ। ਮੈਂ ਆ ਕੇ ਉਹਨਾਂ ਨੇ ਬਾਹਰ ਖੜਕਾਇਆ, ਮੈਂ ਬਾਹਰ ਖੋਲ੍ਹਣ ਲੱਗਾ, ਇੱਕ ਅਰਲ ਖੋਲ੍ਹਿਆ, ਦੂਜਾ ਅਰਲ ਖੋਲ੍ਹਿਆ ਨਹੀਂ ਸੀ। ਵਿੱਥ ਪਈ ਅਤੇ ਮੈਂ ਉਹਨਾਂ ਨੇ ਕਿਰਪਾਨਾ ਸ਼ੁਰੂ ਕਰਤੀਆਂ, ਮੈਂ ਬਾਰ ਬੰਦ ਕਰਤਾ ਦਵਾ, ਉਹ ਬਾਹਰ ਨੂੰ ਧੱਕਦੇ ਸੀ ਅਤੇ ਮੈਂ ਅੰਦਰ ਉਹ ਧੱਕਦਾ ਸੀਗਾ। ਮੁੜ ਕੇ ਮੈਂ ਉਹਦੇ ਪਰਿਵਾਰ ਨੂੰ ਵਾਜਾਂ ਦਿੱਤੀਆਂ, ਉਹਨਾਂ ਨੂੰ 5-7 ਮਿੰਟ ਉੱਠਦੇ ਉਹਨੂੰ ਲੱਗ ਗਏ ਰੌਲਾ ਪਾਤਾ ਅਤੇ ਉਹ ਮੁੜ ਕੇ ਭੱਜ ਗਏ 5-6 ਜਣੇ। ਮੈਨੂੰ ਇਹ ਖਤਰਾ ਵੀ ਹਰ ਸਾਲ ਦੇ ਸਾਲ 5 ਵਾਰੀ ਮੇਰੇ ਨਾਲ ਹੋ ਗਿਆ। ਮੌਕੇ 'ਤੇ ਪਹੁੰਚੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਮੁਲਜ਼ਮਾਂ ਨੂੰ ਜਲਦ ਤੋਂ ਜਲਦ ਫੜਨ ਦਾ ਦਾਅਵਾ ਕੀਤਾ ਜਾ ਰਿਹਾ ਹੈ। ਅੱਜ ਇੱਕ ਇੱਥੋਂ ਪਰਮਜੀਤ ਸਿੰਘ ਸਰਪੰਚ ਦਾ ਫੋਨ ਗਿਆ ਸੀ ਚੌਂਕੀ, ਅਤੇ ਅਸੀਂ ਆਏ ਹਾਂ ਮੌਕੇ 'ਤੇ, ਮੌਕਾ ਵੇਖਿਆ। ਉਹਦੇ ਮੌਕੇ ਮੁਤਾਬਕ ਜਿਹੜੀ ਇਹਨਾਂ ਦਰਖਾਸਤ ਲਿਖੀ ਦਿਖਾਉਂਦੇ ਹਾਂ, ਬਿਆਨ ਲਿਖਦੇ ਇਹਨਾਂ ਦਾ, ਜਿਹੜੀ ਵੀ ਬਿਆਨ ਲਿਖਾਉਂਦੇ ਉਹਦੇ ਮੁਤਾਬਕ ਕਾਰਵਾਈ ਕਰਾਂਗੇ। ਫਿਲਹਾਲ ਇਹ ਤਾਂ ਸਮਾਂ ਹੀ ਦੱਸੇਗਾ ਕਿ ਮੁਲਜ਼ਮ ਸਲਾਖਾਂ ਪਿੱਛੇ ਕਦੋਂ ਹੋਣਗੇ, ਪਰ ਇਸ ਤਰ੍ਹਾਂ ਦੀਆਂ ਵੱਧ ਰਹੀਆਂ ਵਾਰਦਾਤਾਂ ਨੇ ਪੰਜਾਬ ਪੁਲਿਸ 'ਤੇ ਸਵਾਲ ਖੜ੍ਹੇ ਕਰ ਦਿੱਤੇ ਨੇ। ਫਰੀਦਕੋਟ ਤੋਂ ਗੁਰਜੀਤ ਰੋਮਾਣਾ ਦੀ ਰਿਪੋਰਟ, ਲਿਵਿੰਗ ਇੰਡੀਆ ਨਿਊਜ਼, ਪੰਜਾਬ।